ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਕੇਮ ਸ਼ੋ, ਕਸਾ ਏ ਸਲੋ, ਬੰਜੁਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੇ ਨਾਲ ਫਿਰ ਕੁਛ ਦਿਨਾਂ ਬਾਅਦ ਵੀਡੀਓ ਬਣਾ ਰਿਹਾ। ਅੱਜ 25 ਮਾਰਚ ਹੋ ਗਈ ਹੈ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਇਹ ਜਿਹੜਾ COVID-19 ਆ, ਕਰੀਬਨ ਸੰਸਾਰ 'ਚ ਇਸ ਵੇਲੇ 4,45,000 ਇਨਫੈਕਟਿਡ ਵਿਅਕਤੀ ਨੇ, ਉਹਦੇ ਵਿੱਚੋਂ ਕਰੀਬਨ 19,700 ਮੌਤਾਂ ਹੋਈਆਂ ਔਰ ਇਹ ਨੰਬਰ ਚੇਂਜ ਹੁੰਦੇ ਰਹਿਣਗੇ। ਕੈਨੇਡਾ ਦੀ ਗੱਲ ਕਰੀਏ ਤਾਂ ਕਰੀਬਨ 3,000 ਦੇ ਲਾਗੇ ਚਾਗੇ ਪੋਜ਼ਿਟਿਵ ਕੇਸਿਸ ਹੋ ਚੁੱਕੇ ਆ ਔਰ ਕਰੀਬਨ 27-28 ਮੌਤਾਂ ਹੋਈਆਂ ਔਰ ਇਹ ਨੰਬਰ ਚੇਂਜ ਹੁੰਦੇ ਰਹਿਣਗੇ। ਹੁਣ BC ਦੀ ਗੱਲ ਜਦੋਂ ਕਰਦੇ ਹਾਂ ਤਾਂ ਸਿਰਫ 617 ਕੇਸਿਸ ਆ ਔਰ ਜਿਹੜੇ ਵੈਂਟੀਲੇਟਰ 'ਤੇ ਆ ਉਹ ਬਹੁਤ ਥੋੜ੍ਹੇ ਵਿਅਕਤੀ ਆ, ਕਰੀਬਨ 22 ਜਾਂ 23। ਸਾਡੇ ਕੋਲ ਪ੍ਰੋਵਿੰਸ 'ਚ 1,272 ਵੈਂਟੀਲੇਟਰ ਹੈਗਾ, ਸੋ ਇੰਨਾ ਡਰਨ ਦੀ ਲੋੜ ਨਹੀਂ ਹੈਗੀ। ਬਹੁਤ ਸਾਰੇ ਇਸ ਤੋਂ ਰਿਕਵਰ ਵੀ ਹੋਏ ਆ, ਠੀਕ ਵੀ ਹੋਏ ਆ, ਉਹਨਾਂ ਦੀ ਵੀ ਗੱਲ ਕਰਨੀ ਚਾਹੀਦੀ ਹੈ। ਮੈਂ ਮੰਨਦਾ ਵੀ ਅਗਰ ਆਪਾਂ ਐਵਰੇਜ ਫੜੀਏ ਤਕਰੀਬਨ 5% ਲੋਕ ਆਪਣੀ ਜ਼ਿੰਦਗੀ ਗਵਾ ਬੈਠਦੇ ਆ। ਵੱਖ ਵੱਖ ਕੰਟਰੀ 'ਚ ਵੱਖ ਵੱਖ ਦੇਖਣ ਨੂੰ ਮਿਲਿਆ। ਇਟਲੀ 'ਚ ਕਰੀਬਨ 10% ਸੀ। ਇਸ ਵੇਲੇ ਨਿਊਯਾਰਕ ਦੇ ਵਿੱਚ ਬਹੁਤ ਵੱਡੀ ਮਾਤਰਾ 'ਚ ਕੇਸਿਸ ਸਾਹਮਣੇ ਆ ਰਹੇ ਆ। ਕੈਨੇਡਾ ਦੇ ਵਿੱਚ ਸੋ ਫਾਰ ਅਗਰ ਆਪਾਂ ਦੇਖੀਏ ਤਾਂ ਦਰ 1% ਆ, ਉਸ ਤੋਂ ਘੱਟ ਆ ਔਰ ਮੋਸਟਲੀ ਜਿਹੜੇ ਸੀਨੀਅਰ ਹੋਮਸ 'ਚ ਸੀ ਉਹਨਾਂ ਨੂੰ, ਲਿਨ ਵੈਲੀ ਕੇਅਰ ਹੋਮ ਜਿਹੜਾ ਵੈਂਕੂਵਰ 'ਚ ਹੈਗਾ, ਜ਼ਿਆਦਾ ਸਾਡੀਆਂ ਮੌਤਾਂ ਉੱਥੇ ਹੋਈਆਂ। ਸਾਡਾ ਹੈਲਥ ਕੇਅਰ ਸਿਸਟਮ ਬਹੁਤ ਚੰਗਾ, ਬਹੁਤ ਨਾਈਸ ਆ, ਬਹੁਤ ਐਫੀਸ਼ੀਐਂਟ ਆ। ਮੇਰੀ 2 ਬੇਟੀਆਂ ਫਰੰਟ ਲਾਈਨ 'ਚ ਕੰਮ ਕਰ ਰਹੀਆਂ, ਲੇਕਿਨ ਮੈਂ ਇਹ ਦੱਸਣਾ ਚਾਹੁੰਦਾ ਵੀ ਤੁਹਾਡੇ ਕੁਛ ਫਰਜ਼ ਬਣਦੇ ਆ। ਪਹਿਲਾ ਫਰਜ਼ ਇਹ ਆ ਵੀ ਆਪਣੇ ਆਪ ਨੂੰ ਲੋਕਡਾਊਨ ਕਰੋ, ਘਰਾਂ ਦੇ ਵਿੱਚ ਰੱਖੋ। ਜਦੋਂ ਸਰੀਰ ਨੂੰ ਆਪਾਂ ਲੋਕਡਾਊਨ ਕਰ ਲਾ, ਲੇਕਿਨ ਮਨ ਨੂੰ ਲੋਕਡਾਊਨ ਨਹੀਂ ਕਰਨਾ, ਮਨ ਨੂੰ ਅਨਲੋਕ ਕਰਨਾ। ਉਹਦੇ 'ਚ ਸੰਗੀਤ, ਪੋਇਟਰੀ, ਫਿਲੋਸਫੀ, ਨਵੀਂ ਜਿਹੜੇ ਰੀਸਰਚ ਆ, ਨਵੇਂ ਤੁਹਾਡੇ ਆਈਡੀਆਸ ਆ, ਉਹ ਤੁਸੀਂ ਉਜਾਗਰ ਕਰੋ। ਇਹ ਤੁਹਾਡਾ ਸਮਾਂ ਹੈਗਾ। ਇੱਕ ਦੂਜੇ ਤੋਂ ਕਰੀਬਨ 2 ਮੀਟਰ ਦਾ ਅਸੀਂ ਡਿਸਟੈਂਸ ਰੱਖਣਾ ਔਰ ਮੈਨੂੰ ਲੱਗਦਾ ਇਹ ਸਾਨੂੰ ਆਉਣ ਵਾਲੇ ਕਈ ਮਹੀਨਿਆਂ ਤੱਕ ਜਾਰੀ ਰੱਖਣਾ ਪਏਗਾ, ਮੇ ਬੀ ਐਂਡ ਆਫ ਦਿਸ ਈਅਰ ਤੱਕ। ਸਾਇੰਟਿਸਟ ਕਹਿ ਰਹੇ ਵੀ ਆਹ ਪਹਿਲਾ ਵੇਵ ਆ, ਵੀ ਪਹਿਲੀ ਛਲ ਹੈਗੀ ਆ COVID-19 ਦੀ। ਇਹ ਜਦੋਂ ਹਟ ਜਾਊਗੀ ਦੁਬਾਰਾ ਵੀ ਸ਼ਾਇਦ ਆਊਗੀ, ਕਿਉਂਕਿ ਅਗਰ ਆਪਾਂ ਪਿਛਲੇ ਇਤਿਹਾਸ ਦੇਖੀਏ, ਜਿਹੜਾ ਸਪੈਨਿਸ਼ ਫਲੂ ਸੀ ਉਹਦੀਆਂ ਵੀ 2 ਜਾਂ 3 ਵੇਵਸ ਆਈਆਂ ਸੀ। ਕਰੋਨਾ ਤੋਂ ਡਰੋ ਨਾ, ਇਹਨੂੰ ਸਮਝੋ, ਇੱਕ ਇਨਫੈਕਸ਼ਨ ਹੈਗਾ, ਇਹ ਤੁਹਾਡੇ ਘਰ ਨਹੀਂ ਹੈਗਾ, ਤੁਸੀਂ ਹੀ ਬਾਹਰੋਂ ਇੰਪੋਰਟ ਕਰਕੇ ਇਹਨੂੰ ਆਪਣੇ ਘਰ ਲੈ ਕੇ ਆਉਣਾ। ਇਸ ਲਈ ਘਰੋਂ ਬਾਹਰ ਨਾ ਨਿਕਲੋ, ਘਰ ਦੇ ਵਿੱਚ ਬੈਠੋ। 44% ਕੈਨੇਡੀਅਨਸ ਜਿਹੜੇ ਹੈਗੇ ਆ ਉਹ ਆਪਣੀ ਜੋਬ ਖੋ ਚੁੱਕੇ ਨੇ, ਲੇਕਿਨ ਮਾਨਯੋਗ ਪ੍ਰਧਾਨ ਮੰਤਰੀ ਨੇ $82 ਬਿਲੀਅਨ ਦਾ ਜਿਹੜਾ ਸਟਿਮੂਲੇਸ਼ਨ ਪੈਕੇਜ ਦਿੱਤਾ, ਉਹਦੇ ਵਿੱਚ ਕਾਫੀ ਲੋਕਾਂ ਨੂੰ ਰਾਹਤ ਮਿਲੇਗੀ। ਮੈਨੂੰ ਪਤਾ ਔਖਾ ਟਾਈਮ ਆ, ਲੇਕਿਨ ਇਹ ਔਖਿਆਈ ਤੋਂ ਲੰਘਣਾ ਪੈਣਾ, ਹੋਰ ਕੋਈ ਚਾਰਾ ਨਹੀਂ ਆ। ਬਾਣੀ ਦੇ ਨਾਲ ਜੁੜੋ, ਮਹਾਰਾਜ ਖੁਦ ਕਹਿੰਦੇ ਆ ਵੀ ਦੁੱਖ ਦਾਰੂ ਸੁੱਖ ਰੋਗ ਵਿਆ, ਸੋ ਜਿਹੜਾ ਦੁੱਖ ਆ ਉਸ ਤੋਂ ਦਾਰੂ ਬਣਦਾ। ਵਾਹਿਗੁਰੂ ਦਾ ਸਿਮਰਨ ਕਰੀਏ ਮੂੰਹ ਦੇ ਨਾਲ ਉਚਾਰਨ ਕਰਕੇ, ਕਿਉਂਕਿ ਵਵਾ ਵਾਸਦੇਵ ਹਾਹਾ ਹਰੀ ਗੱਗਾ ਗੋਬਿੰਦ ਰਾਰਾ ਰਾਮ, ਚੌਹਾਂ ਜੁਗਾਂ ਦਾ ਮੰਤਰ ਮਹਾਰਾਜ ਨੇ ਤੁਹਾਡੀ ਝੋਲੀ 'ਚ ਪਾ ਦਿੱਤਾ। ਫਿਰ ਮੈਂ ਅਪਡੇਟ ਕਰੂੰਗਾ ਕੁਛ ਦਿਨਾਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।